ਪੁਲਿਸ ਦੇ ਕੁਆਟਰਾਂ ਦੇ ਵਿੱਚ ਇੱਕ ਔਰਤ ਦੀ ਪੇਤਪਰੇ ਹਾਲਾਤਾਂ 'ਚ ਲਾਸ਼ ਮਿਲੀ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਜਦੋਂ ਮੌਕੇ ਦੇ ਉੱਤੇ ਜਾ ਕੇ ਵੇਖਿਆ ਗਿਆ ਤਾਂ ਪੰਖੇ ਦੇ ਨਾਲ ਲਟਕਦੀ ਹੋਈ ਔਰਤ ਦੀ ਲਾਸ਼ ਮਿਲੀ ਹੈ, ਜਿਸ ਦਾ ਕਿ ਪਤੀ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ। ਉੱਥੇ ਔਰਤ ਦੇ ਪਰਿਵਾਰਕ ਮੈਂਬਰ ਵੀ ਹੁਣ ਮੌਕੇ ਦੇ ਉੱਤੇ ਪਹੁੰਚੇ ਨੇ, ਜਿਨ੍ਹਾਂ ਨੇ ਔਰਤ ਦੇ ਪਤੀ ਦੇ ਉੱਤੇ ਕਾਫ਼ੀ ਗੰਭੀਰ ਇਲਜ਼ਾਮ ਲਗਾਏ ਨੇ। ਉਹਨਾਂ ਦਾ ਕਹਿਣਾ ਕਿ ਇਹਨਾਂ ਦੋਵਾਂ ਦੇ 3 ਬੱਚੇ ਨੇ ਅਤੇ ਜੋ ਪਤੀ ਹੈ ਉਹ ਅਕਸਰ ਹੀ ਪਤਨੀ ਦੇ ਨਾਲ ਆਪਣੀ ਕੁੱਟਮਾਰ ਕਰਦਾ ਰਹਿੰਦਾ ਸੀ, ਜਿਸ ਤੋਂ ਅੱਕ ਕੇ ਕਿਹਾ ਜਾ ਰਿਹਾ ਹੈ ਕਿ ਔਰਤ ਨੇ ਇਹ ਖੌਫਨਾਕ ਕਦਮ ਚੁੱਕਿਆ। ਹਾਲਾਂਕਿ 8 ਸਾਲ ਪਹਿਲਾਂ ਇਹਨਾਂ ਦੋਵਾਂ ਦਾ ਵਿਆਹ ਹੋਇਆ ਸੀ ਅਤੇ ਘਟਨਾ ਤੋਂ ਬਾਅਦ ਜੋ ਪਤੀ ਹੈ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਤਾਂ ਦੱਸ ਦਈਏ ਕਿ ਬੇਹੱਦ ਹੀ ਮਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਪੁਲਿਸ ਦੇ ਕੁਆਟਰਾਂ ਦੇ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ ਹੈ। ਦੱਸ ਦਈਏ ਕਿ ਪੰਖੇ ਦੇ ਨਾਲ ਇਹ ਲਟਕਦੀ ਹੋਈ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਹੁਣ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਜਗਰਾਓਂ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਪੁਲਿਸ ਦੇ ਕੁਆਟਰਾਂ 'ਚ ਇੱਕ ਔਰਤ ਦੀ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਾ ਨੇ ਮੇਰੀ ਹੈਗੀ ਮਾਸੀ ਅਤੇ ਸਾਨੂੰ ਪਹਿਲਾਂ ਹੀ ਪਤਾ ਲੱਗਿਆ ਇਹ ਲੜਾਈ ਝਗੜਾ ਰਹਿੰਦਾ ਸੀਗਾ, 6-7 ਮਹੀਨੇ ਤੋਂ ਬਹੁਤ ਜ਼ਿਆਦਾ ਰਹਿਣ ਲੱਗ ਗਿਆ ਸੀ। ਘਰਦੇ ਵੀ ਰਿਸ਼ਤੇਦਾਰ ਵੀ ਬਹੁਤ ਲੋਕ ਸਮਝਾ ਜਾਂਦੇ ਰਿਸ਼ਤੇਦਾਰ ਕਿ ਨਾ ਲੜਿਆ ਕਰੋ, ਆਹ ਦਾਰੂ ਪੀਂਦੇ ਕਲੇਸ਼ ਹੁੰਦਾ ਜੀ। ਸਾਨੂੰ ਵੀ ਘਰਦੇ ਵੀ ਆ ਘਰਦਿਆਂ ਨੂੰ ਕੁੜੀ ਨੇ ਆਹ ਵੀ ਦੱਸਿਆ ਮਾਸੀ ਨੇ ਸਾਡੀ ਕਿ ਅਸੀਂ ਲੜਕੀ ਪਿੱਛੇ ਸੀਗਾ ਅਤੇ ਹੁਣ ਕਾਫੀ ਸਮਝਾਇਆ ਪਰ ਨਹੀਂ ਸਮਝਿਆ। ਹੁਣ ਕੱਲ੍ਹ ਇਹਨਾਂ ਨੇ ਦਾਰੂ ਜ਼ਿਆਦਾ ਪੀ ਲਈ, ਇਸੇ ਗੱਲ ਪਿੱਛੇ ਲੜਾਈ ਲੜੂਈ ਹੋਈ ਹੋਣੀ, ਕੋਈ ਘਰੇ ਕਲੇਸ਼ ਹੋਇਆ ਅਤੇ ਜਦੋਂ ਸਾਨੂੰ 3 ਵਜੇ ਫੋਨ ਆਇਆ ਰਾਤੀ ਕਿ ਇੱਦਾਂ ਇੱਦਾਂ ਹੋ ਗਿਆ ਅਤੇ ਹੁਣ ਜਦੋਂ ਅਸੀਂ ਆਏ ਇੱਥੇ ਨਾ ਸਾਨੂੰ ਮਿਲਿਆ ਨਾ ਕੋਈ ਉਹਨਾਂ ਦੇ ਫੈਮਿਲੀ ਦਾ। ਫੈਮਿਲੀ ਬੈਠੀ ਸੀਗੀ ਸੁਬਾਹ, ਫੈਮਿਲੀ ਵੀ ਰਾਤ ਦੀ ਇੱਥੇ ਸੀਗੀ, ਸਾਨੂੰ ਤਾਂ ਬਾਅਦ 'ਚ ਪਤਾ ਲੱਗਿਆ ਕਿ ਫੈਮਿਲੀ ਵੀ ਰਾਤ ਦੀ 2 ਵਜੇ ਦੀ ਇੱਥੇ ਹੈ। ਸਾਨੂੰ ਸਵੇਰੇ 3:30 ਪਤਾ ਲੱਗ ਰਿਹਾ ਕਿ ਇੱਦਾਂ ਇੱਦਾਂ ਹੋ ਗਿਆ। ਤੁਹਾਨੂੰ ਲੱਗਦਾ ਕਿ ਇਹ ਕਤਲ ਕੀਤਾ ਗਿਆ? ਹਾਂਜੀ ਸਾਨੂੰ ਲੱਗਦਾ ਇਹ ਕਤਲ ਕੀਤਾ ਗਿਆ। ਅਤੇ ਪੁਲਿਸ ਮੁਲਾਜ਼ਮ ਇਹ ਬੰਦਾ? ਹਾਂਜੀ ਪੁਲਿਸ ਮੁਲਾਜ਼ਮ ਹੈਗਾ, ਸੁਣਦੀ ਨਹੀਂ ਪਈ, ਕੋਈ ਕਾਰਵਾਈ ਨਹੀਂ ਹੋ ਰਹੀ ਪ੍ਰੋਪਰਲੀ ਸਹੀ ਤਰੀਕੇ ਨਾਲ, ਧੱਕਾ ਚੱਲ ਰਿਹਾ। ਸਾਨੂੰ ਤਾਂ ਬਸ ਇਨਸਾਫ ਚਾਹੀਦਾ, ਜੋ ਸੱਚ ਹੈਗਾ ਉਹ ਆਵੇ ਸਾਹਮਣੇ। ਜਵਾਈ ਨੇ ਸਾਡੇ ਮਾਰ ਕੇ ਇਹਨੂੰ ਟੰਗ ਦਾ ਜੀ। ਅੱਛਾ। ਹਾਂਜੀ ਸ਼ਰਾਬ ਪੀਤੀ ਪਹਿਲਾਂ ਨੇ, ਫਿਰ ਮਾਰ ਕੁੱਟ ਕੀਤੀ, ਮਾਰ ਕੁੱਟ ਕਰਨ ਤੋਂ ਬਾਅਦ ਉਹਨੂੰ ਪਹਿਲਾਂ ਨੇ ਮਾਰਿਆ, ਮਾਰਨ ਤੋਂ ਬਾਅਦ ਇਹਨੂੰ ਪੱਖੇ ਨਾਲ ਲਟਕਾ ਤਾ ਜੀ। ਜੀ ਫਿਰ ਸਾਨੂੰ ਫੋਨ ਕਰਤਾ ਵੀ ਇਹਨੇ ਆਤਮ ਹੱਤਿਆ, ਇਹਨੇ ਆਤਮ ਹੱਤਿਆ ਨਹੀਂ ਕੀਤੀ, ਇਹਨੇ ਸਾਡੇ ਜਵਾਈ ਨੇ ਤਾਂ ਮਰਡਰ ਕੀਤਾ। ਪਹਿਲਾਂ ਲੜਾਈ ਰਹਿੰਦੀ ਸੀ। ਕਿੰਨੀ ਦੇਰ ਹੋ ਗਈ ਵਿਆਹ ਨੂੰ? ਵਿਆਹ ਨੂੰ ਹੋ ਗਏ 8 ਸਾਲ ਹੋ ਗਏ। 8 ਸਾਲ ਹੋ ਗਏ ਅਤੇ ਬੱਚੇ ਵੀ ਆ ਗਏ ਜੀ? ਹਾਂਜੀ 3 ਬੱਚੇ ਹੋ ਗਏ। 3 ਬੱਚੇ ਆ ਗਏ ਅਤੇ ਇਹ ਤੁਹਾਡੇ ਜਵਾਈ ਵਾਲੇ ਪੁਲਿਸ ਮੁਲਾਜ਼ਮ? ਹਾਂਜੀ ਪੁਲਿਸ ਮੁਲਾਜ਼ਮ ਜੀ। ਥਾਣਾ ਸੁਭਾ ਪੇਟ 'ਚ ਜੀ? ਹਾਂਜੀ ਹਾਂਜੀ। ਅਤੇ ਹੁਣ ਤੁਸੀਂ ਦੇਤੀ ਪੁਲਿਸ ਨੂੰ ਕਾਰਵਾਈ ਕਰ ਰਹੀ ਹੈ? ਪੁਲਿਸ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਜੀ। ਸੁਣ ਰਹੀ ਹੈ ਤੁਹਾਡੀ? ਹਾਂਜੀ ਹਾਂਜੀ ਸੁਣ ਰਹੀ। ਠੀਕ ਹੀ ਮੰਗ ਕਰਦੇ ਹੋ ਤੁਸੀਂ? ਅਸਾਂ ਤਾਂ ਇਨਸਾਫ ਚਾਹੀਦਾ ਜੀ, ਇੱਕ ਇਨਸਾਫ ਦੀ ਮੰਗ ਕਰ ਰਹੇ ਹਾਂ ਜੀ। ਫਿਲਹਾਲ ਜਿਹੜੀ ਹੈ ਜੀ ਲੜਕੀ ਦੇ ਪਰਿਵਾਰ ਵਾਲੇ ਜਿਵੇਂ ਇਲਜ਼ਾਮ ਲਾ ਰਹੇ ਜੀ ਵੀ ਮਾਰਿਆ ਗਿਆ ਉਹਨੂੰ ਮੁਲਾਜ਼ਮ ਵੱਲੋਂ, ਉਹ ਕੋਈ ਬਿਆਨ ਲਿਖਾਇਆ ਜੀ ਕਿ ਨਹੀਂ? ਹਾਂਜੀ ਰਮਨ ਕੁਮਾਰ ਜੀ ਬਿਆਨ ਲਿਖਾਇਆ ਜੀ। ਜਿਹੜੀ ਹੈਗੀ ਪੱਖੇ ਨੂੰ ਲਾਠੀ ਤੱਕ। ਕਿੰਨੀ ਕੁ ਉਮਰ ਸੀਗੀ ਉਹਦੀ? 4 ਬੱਚੇ ਸਭ